ਲੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ ਵੈਲਕਮ ਹੈ ਜੀ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸੋ ਅੱਜ ਗੱਲ ਕਰਾਂਗੇ ਜੂਨ ਮਹੀਨੇ ਦੇ ਪੀਪੀਆਰ ਦੇ ਟ੍ਰੈਂਡਸ ਦੀ ਜੂਨ ਮਹੀਨੇ ਦੇ ਪੀਪੀਆਰ ਦੇ ਟ੍ਰੈਂਡਸ ਬਹੁਤ ਇੰਪੋਰਟੈਂਟ ਨੇ ਕਿਉਂਕਿ ਜੁਲਾਈ ਦੇ ਪੀਪੀਆਰ ਟ੍ਰੈਂਡਸ ਦਾ ਵੀ ਇੱਕ ਰਿਫਲੈਕਸ਼ਨ ਇਹ ਪੇਸ਼ ਕਰਦੇ ਨੇ ਉਸ ਤੋਂ ਇਲਾਵਾ ਜਨਵਰੀ ਦੇ ਵਿੱਚ ਜਿਨ੍ਹਾਂ ਨੇ ਫਾਈਲਾਂ ਲਗਾਉਣੀਆਂ ਨੇ ਉਹਨਾਂ ਵਾਸਤੇ ਵੀ ਬਹੁਤ ਜ਼ਰੂਰੀ ਹੈ ਜੂਨ ਦੇ ਜਿਹੜੇ ਟ੍ਰੈਂਡਸ ਉਹਨਾਂ ਨੂੰ ਸਮਝਣਾ ਉਹਦੇ ਹਿਸਾਬ ਨਾਲ ਕਿਸ ਤਰੀਕੇ ਨਾਲ ਜਨਵਰੀ ਇਨਟੇਕ ਦੀਆਂ ਫਾਈਲਾਂ ਲਗਾਈਆਂ ਜਾ ਸਕਣ ਸੋ ਸਭ ਤੋਂ ਪਹਿਲਾਂ ਮੈਂ ਵੈਲਕਮ ਕਰੂੰਗਾ ਸਾਡੇ ਅੱਜ ਦੇ ਗੈਸਟ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਉਹਨਾਂ ਦਾ ਸਵਾਗਤ ਹੈ ਥੈਂਕ ਯੂ ਦੀਪਕ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਮੇਰੇ ਵੱਲ ਸਤਿਕਾਰ ਸੋ ਕਵਰ ਸਭ ਤੁਸੀਂ ਬਹੁਤ ਡਿਟੇਲ ਚ ਸਟੱਡੀ ਕੀਤੇ ਹੈ ਜੂਨ ਦੇ ਜਿਹੜੇ ਟ੍ਰੈਂਡ ਨੇ ਕੀ ਇਹਨਾਂ ਦਾ ਅਨਾਲਿਸਿਸ ਕਹਿੰਦਾ ਕਿ ਕੁਝ ਕਲੀਅਰਲੀ ਦਿਖ ਰਿਹਾ ਹੈ ਇਹਨਾਂ ਤੋਂ ਦੇਖੋ ਪ੍ਰੈਜ਼ੈਂਟਲੀ ਹੁਣ ਤਾਂ ਜੁਲਾਈ ਮਹੀਨਾ ਸਟਾਰਟ ਹੋ ਗਿਆ ਅਗਰ ਆਪਾਂ ਪੂਰੇ ਜੂਨ ਵੱਲ ਝਾਤ ਮਾਰਦੇ ਆ ਜਿਹੜਾ ਕਿ ਪਿਛਲਾ ਮਹੀਨਾ ਨਿਕਲਿਆ ਉਹਦੇ ਵਿੱਚ ਜਿਹੜੇ ਰਿਜ਼ਲਟ ਆਏ ਉਹ ਜ਼ਿਆਦਾਤਰ ਅਗਰ ਆਪਾਂ ਮੰਥ ਵਾਈਜ਼ ਗੱਲ ਕਰੀਏ ਕਿ ਕਿਹੜੀਆਂ ਫਾਈਲਾਂ ਦੇ ਰਿਜ਼ਲਟ ਆਏ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਰਿਜ਼ਲਟ ਮਾਰਚ 'ਚ ਲੱਗੀਆਂ ਹੋਈਆਂ ਫਾਈਲਾਂ ਦਾ ਦੇਖਿਆ ਕੁਛ ਹੱਦ ਤੱਕ April ਦੀਆਂ ਫਾਈਲਾਂ ਦਾ ਦੇਖਿਆ ਔਰ February ਫਾਈਲ 'ਚ ਵੀ ਦੇਖਿਆ ਸੋ ਜ਼ਿਆਦਾ ਜਿਹੜਾ ਰਿਜ਼ਲਟ ਸੀ ਉਹ ਮਾਰਚ ਦੀਆਂ ਤਕਰੀਬਨ ਫਾਈਲਾਂ ਦਾ ਰਿਹਾ ਬਟ ਇਹਦੇ ਵਿੱਚ ਬਹੁਤ ਸਾਰਾ ਰਿਜ਼ਲਟ ਨੈਗੇਟਿਵ ਦੇਖਣ ਨੂੰ ਮਿਲਿਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਨੈਗੇਟਿਵ ਰਿਜ਼ਲਟ ਦੇਖਿਆ ਹੁਣ ਨੈਗੇਟਿਵ ਰਿਜ਼ਲਟ ਜਦੋਂ ਜਿਆਦਾ ਜਾਣੇ ਦੇਖਦੇ ਆ ਤਾਂ ਉਹ ਜ਼ਿਆਦਾਤਰ ਕੈਨੇਡਾ ਨੂੰ ਕੋਸ ਰਹੇ ਨੇ ਕਿ ਬਈ ਇਹਨੇ ਗਲ ਬਟ ਅਸੀਂ ਇਦਾਂ ਨਹੀਂ ਕਹੋਸਤੇ ਕਿਉਂਕਿ ਬ੍ਰਾਡਵੇ ਨੇ ਪੋਜ਼ਿਟਿਵ ਰਿਜ਼ਲਟ ਹੀ ਦੇਖਿਆ ਰੀਜ਼ਨ ਕੀ ਹੈ ਪਹਿਲੇ ਦਿਨ ਤੋਂ ਜਿਹੜੀ ਮੈਂ ਚੀਜ਼ ਪਿਛਲੇ ਜਨੂਅਰੀ ਤੋਂ ਆਈ ਥਿੰਕ ਮੈਂ ਸਮਝਾਉਂਦਾ ਆ ਰਿਹਾ ਹਾਂ ਇਸ ਜਨੂਅਰੀ ਤੋਂ ਹੀ ਜਦੋਂ ਤੋਂ ਪਿਛਲੇ ਸਾਲ ਨਵੰਬਰ ਡਿਸੰਬਰ ਚ ਰਿਜ਼ਲਟ ਬਦਲਨੇ ਸ਼ੁਰੂ ਹੋ ਗਏ ਸੀ ਟ੍ਰੈਂਡ ਬਦਲਨੇ ਸ਼ੁਰੂ ਹੋ ਗਏ ਨਾਨ ਐਸਡੀਐਸ ਨੂੰ ਵੀਜ਼ਾ ਮਿਲਣਾ ਬੰਦ ਹੋ ਗਿਆ ਮੈਂ ਉਦੋਂ ਤੋਂ ਹੀ ਲਗਾਤਾਰ ਤੁਹਾਨੂੰ ਦੱਸਦਾ ਆ ਰਿਹਾ ਸੀ ਕਿ ਦੋਸਤੋ ਕੈਨੇਡਾ ਨੇ ਸਿਰਫ ਆਇਲਸ ਸਟ੍ਰਿਕਟ ਨਹੀਂ ਕੀਤਾ ਉਹਨਾਂ ਨੇ ਪੂਰੀ ਐਜੂਕੇਸ਼ਨ ਪਾਲਿਸੀ ਨੂੰ ਸਵਿਚ ਕੀਤਾ ਸੋ ਜਦੋਂ ਪੂਰੀ ਐਜੂਕੇਸ਼ਨ ਪਾਲਿਸੀ ਦੇ ਸਵਿਚ ਹੋਣ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਤੁਹਾਡੀਆਂ ਪਰਸੈਂਟੇਜ ਤੁਹਾਡੇ ਮਾਰਕਸ ਤੁਹਾਡੇ ਬੈਕਲੌਗ ਇਹ ਤੁਹਾਡੇ ਗੈਪਸ ਇਹ ਸਾਰੀਆਂ ਚੀਜ਼ਾਂ ਕੋਰ ਹੋ ਜਾਂਦੀਆਂ ਨੇ ਮੇਨ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਤੁਹਾਡਾ ਕੋਰਸ ਸਿਲੈਕਸ਼ਨ ਕੋਰਸ ਦਾ ਪ੍ਰੋਗਰੈਸ਼ਨ ਕੋਰਸ ਦੀ ਇਗੋ ਫਿਊਚਰ ਪ੍ਰੋਸਪੈਕਟਿਵ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੈਨੇਡਾ ਸਟ੍ਰਿਕਟ ਹੈ ਕੈਨੇਡਾ ਸਿਰਫ ਆਇਲਸ ਨੂੰ ਲੈ ਕੇ ਸਟ੍ਰਿਕਟ ਨਹੀਂ ਹੈ ਅਗਰ ਆਇਲਸ ਨੂੰ ਲੈ ਕੇ ਉਹ ਸਟ੍ਰਿਕਟ ਹੁੰਦਾ ਤੇ ਮੈਨੂੰ ਆ ਦੱਸੋ ਕਿ ਜੂਨ ਮੰਥ ਚ ਜਿਹੜਾ ਇੰਨੇ ਬੱਚਿਆਂ ਨੇ 6 ਬੈਂਡ 6.5 ਬੈਂਡ 7 ਬੈਂਡ ਨਾਲ ਵੀ ਰਿਫਿਊਜ਼ਲ ਦੇਖੇ ਨੇ ਉਹ ਕਿਉਂ ਦੇਖੇ ਨੇ ਉਹਨਾਂ ਦਾ ਕੀ ਜਵਾਬ ਹੈ ਉਹ ਕਿਉਂ ਦੇਖੇ ਗਏ ਨੇ ਰਿਫਿਊਜ਼ਲ ਔਰ ਥੋੜੇ ਨਹੀਂ ਦੇਖੇ ਬਹੁਤ ਦੇਖੇ ਨੇ ਉਹ ਕਿਉਂ ਦੇਖਦੇ ਹੋ ਕਿ ਕਿਉਂ ਦੇਖੇ ਗਏ ਨੇ ਸਰ ਇਹਦਾ ਮੇਜਰ ਕਾਰਨ ਹੈ ਲਾਈਕ ਕੱਲ ਮੈਂ ਜੰਮੂ ਆਫਿਸ ਆਪਣੇ ਬੈਠਾ ਸੀਗਾ ਸੋ देयर ਆਈ ਮੈਟ ਅ ਕਲਾਇੰਟ ਜਿਹਦੇ ਸਾਡੇ 6 ਬੈਂਡ ਸੀ 2 ਮੋਡਿਊਲ ਚ 7 ਬੈਂਡ ਵੀ ਸੀ ਹੁਣ ਰਿਫਿਊਜ਼ਲ ਦਾ ਰੀਜ਼ਨ ਕੀ ਹੈ ਪਰਸੈਂਟੇਜ ਪਲੱਸ 2 ਦੀ ਦੇਖਦੇ ਆ 73 ਹੈ ਗ੍ਰੈਜੂਏਸ਼ਨ ਦੀ ਦੇਖ ਰਹੇ ਆ 68 ਹੈ ਸਾਹਮਣੇ ਉਹ ਦੇਖਣ ਚ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਪ੍ਰੋਬਲਮ ਕਿੱਥੇ ਹੈ 20 ਬੈਕਲੌਗ ਨੇ ਉਸ ਤੋਂ ਬਾਅਦ ਵੀ ਉਹਨੂੰ 에ਜੰਟ ਨੇ ਕੈਨੇਡਾ ਪਾਇਆ ਜਦ ਕਿ ਅੱਜ ਦੀ ਡੇਟ ਦੇ ਕੈਨੇਡਾ ਬੈਕਲੌਗ ਵਾਲੇ ਨੂੰ ਇੱਕ ਅੱਛਾ ਸਟੂਡੈਂਟ ਨਹੀਂ ਗਿਣਦਾ 2 4 5 ਬੈਕਲੌਗ ਤਿੰਨ ਸਾਲ ਚਾਉਣਾ ਇਟਸ ਅ ਨਾਰਮਲ ਟ੍ਰੈਂਡ ਕਿ ਹੋ ਸਕਦਾ ਹੈ ਕਿਸੇ ਨਾਲ ਬਟ ਵੀ ਬੈਕਲੌਗ ਹੋਣਾ 10 ਬੈਕਲੌਗ ਹੋਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਇਹ ਚੀਜ਼ ਇਹ ਦਰਸਾਉਂਦੀ ਹੈ ਕਿ ਤੁਸੀਂ ਇੱਕ ਚੰਗੇ ਕੰਸਿਸਟੈਂਟ ਸਟੂਡੈਂਟ ਨਹੀਂ ਹੋ ਤੁਸੀਂ ਵਧੀਆ ਸਟੂਡੈਂਟ ਨਹੀਂ ਹੋ ਜਿਹੜਾ ਰੈਗੂਲਰ ਪੜ ਰਿਹਾ ਸੋ ਆ ਚੀਜ਼ਾਂ ਇਫੈਕਟ ਕਰਦੀਆਂ ਨੇ ਚਾਹੇ ਤੁਸੀਂ ਡਿਗਰੀ ਨੂੰ ਔਨ ਟਾਈਮ ਖਤਮ ਕਰ ਲਿਆ ਸੋ ਇਦਾਂ ਹੀ ਪਲੱਸ 2 ਵਾਲਿਆਂ ਨਾਲ ਸੀਨ ਹੈ ਉਹ ਫਿਜ਼ਿਕਸ 'ਚ ਘਟਨੇ ਕਈ ਵਾਰੀ ਮੈਥ 'ਚ ਘਟਨੇ ਕਿਸੇ ਦੇ ਬਾਇਓ 'ਚ ਘਟਨੇ ਸੋ ਅ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੇ ਰਿਜ਼ਲਟ ਤੇ ਇੰਪੈਕਟ ਪਾਉਂਦੀਆਂ ਨੇ ਜਿਹੜੇ ਬੱਚਿਆਂ ਨੇ ਵੀ ਗਾਂਹ ਵਾਸਤੇ ਚੱਲਣਾ ਉਹ ਪਿਛਲੇ ਬੱਚਿਆਂ ਤੋਂ ਇਹ ਸਿੱਖ ਲੈਣ ਕਿ ਜੇ ਤੁਸੀਂ ਸਿਰਫ ਐਸੇ ਏਜੰਟ ਕੋਲ ਜਾ ਰਹੇ ਹੋ ਸੋਚ ਰਹੇ ਹੋ ਕਿ ਇਹ ਕੈਨੇਡਾ ਦਾ ਐਕਸਪਰਟ ਹੈ ਔਰ ਉਹ ਕੰਪਨੀ ਸਿਰਫ ਕੈਨੇਡਾ ਦੀਆਂ ਫਾਈਲਾਂ ਲਈ ਤੁਰੀ ਜਾਂਦੀ ਹੈ ਤਾਂ ਤੁਸੀਂ ਕਿਸੇ ਐਕਸਪਰਟ ਕੋਲ ਨਹੀਂ ਜਾ ਰਹੇ ਤੁਸੀਂ ਇੱਕ ਮਸ਼ੀਨ 'ਚ ਜਾ ਰਹੇ ਹੋ ਚਾਹੇ ਜਿੱਦਾਂ ਦਾ ਮਰਜ਼ੀ ਪ੍ਰੋਫਾਈਲ ਹੈ ਉਹਨੇ ਤੁਹਾਨੂੰ ਧੱਕ ਦੇਣਾ ਉਹਦੇ ਲਈ ਤਾਂ ਉਹਨੂੰ ਕੰਮ ਹੀ ਉਹੀ ਹੁੰਦਾ ਔਰ ਉਹਦੇ 'ਚ ਜਿੰਨੇ ਨਿਕਲ ਆਣ ਉਹਦੇ ਲਈ ਲੋਟਰੀ ਹੈ ਉਹ ਤੁਹਾਨੂੰ ਕਦੀ ਵੀ ਦੂਜੀ ਕੰਟਰੀ ਲਈ ਜਾਂ ਹੋਰ ਕੰਟਰੀ ਲਈ ਕਹਿ ਨਹੀਂ ਸਕਦਾ ਕਿਉਂਕਿ ਉਹਨੂੰ ਉਹ ਕੰਟਰੀ ਦਾ ਕੰਮ ਹੀ ਨਹੀਂ ਕਰਨਾ ਹੁੰਦਾ ਉਹ ਉਹਦੇ ਬਾਰੇ ਤੁਹਾਨੂੰ ਕੋਈ ਗਾਈਡ ਹੀ ਨਹੀਂ ਕਰ ਸਕਦਾ ਉਹਨੂੰ ਪ੍ਰੋਸੈਸ ਹੀ ਨਹੀਂ ਪਤਾ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੀ ਏਜੰਟ ਸਿਲੈਕਸ਼ਨ ਕਰੈਕਟ ਕਰਨੀ ਪੈਣੀ ਹੈ ਦੂਸਰਾ ਜੇ ਤੁਸੀਂ ਸਹੀ ਏਜੰਟ ਕੋਲ ਜਾਲੇ ਜਾਂਦੇ ਹੋ ਤਾਂ ਏਜੰਟ ਦੀ ਵੀ ਸੁਣਨੀ ਸ਼ੁਰੂ ਕਰੋ ਤੁਸੀਂ ਪ੍ਰੋਬਲਮ ਕੀ ਹੈ ਸਟੂਡੈਂਟ ਦੀ ਕਿ ਜਦੋਂ ਘਰੋਂ ਨਿਕਲਦਾ ਹੈ ਤਾਂ ਉਹ ਕਹਿੰਦਾ ਮੈਂ ਉਸ ਏਜੰਟ ਕੋਲ ਫਾਈਲ ਲਾਉਣੀ ਹੈ ਜਿਹੜਾ ਮੇਰੀ ਹਾਂ ਚ ਹਾਂ ਕਰੇ ਮੈਨੂੰ ਕਹਵੇ ਕਿ ਇੰਨੇ ਬੈਂਡ ਚ ਵੀ ਜਾ ਸਕਦਾ ਮੈਨੂੰ ਕਹਵੇ ਕਿ ਇੰਨੇ ਪਰਸੈਂਟੇਜ ਚ ਵੀ ਜਾ ਸਕਦਾ ਮੈਨੂੰ ਉਹ ਕਹਵੇ ਤੂੰ ਟੋਰਾਂਟੋ ਵੀ ਜਾ ਸਕਦਾ ਤੇ ਮੈਨੂੰ ਉਹ ਹਰ ਚੀਜ਼ ਨਾਲ ਐਗਰੀ ਹੋਵੇ ਤੁਹਾਡੀ ਗੱਲਾਂ ਚ ਮੈਨੂੰ ਇੱਕ ਸਵਾਲ ਯਾਦ ਆਇਆ 6 ਇੰਚ ਵਾਲੇ ਨੂੰ ਕੀ ਸਮਝਾਉਣਾ ਆਸਾਨ ਹੁੰਦਾ ਸਰ ਜੀ ਸਮਝਾਉਣਾ ਆਪਣੇ ਘਰ ਚ ਵੀ ਕਿਸੇ ਨੂੰ ਬਹੁਤ ਔਖਾ ਹੈ ਤਾਂ 6 ਇੰਚ 7 ਇੰਚ ਦੀ ਕੋਈ ਗੱਲ ਨਹੀਂ ਹੋ ਰਹੀ ਮੈਂ ਗੱਲ ਕਰ ਰਿਹਾ ਕਿ ਜਿਹੜੇ ਬੱਚੇ ਨੇ ਸਮਝਣਾ ਹੈ ਔਰ ਜਿੰਨੇ ਆਪਣਾ ਰਿਜ਼ਲਟ ਲੈਣਾ ਹੈ ਭਾਈ ਉਹਨੂੰ ਸਮਝਣ ਦੀ ਲੋੜ ਹੈ ਉਹਨੂੰ ਸਿੱਖਣ ਦੀ ਲੋੜ ਹੈ ਸੋ ਕਿਸੇ ਇੱਕ ਕੰਸਲਟੈਂਟ ਤੇ ਨਾ ਜਾਓ ਕੱਲਾ ਮੇਰੇ ਤੇ ਵੀ ਨਾ ਜਾਓ ਮੈਂ ਕੰਨਾ ਜੀ ਹੋਰ ਚਾਰ ਜਣਿਆਂ ਦੀਆਂ ਵੀਡੀਓ ਦੇਖੋ ਕੋਈ ਉਹਨਾਂ ਚੋਂ ਹੈਗਾ ਜਿਹੜਾ ਕਹਿ ਰਿਹਾ ਮੇਰੀ ਕੰਪਨੀ 'ਚ ਰਿਜ਼ਲਟ 네ਗਟਿਵ ਨਹੀਂ ਆ ਰਿਹਾ ਮੈਂ ਕਹਿ ਰਿਹਾ ਕਿ ਮੇਰੀ ਕੰਪਨੀ 'ਚ ਰਿਜ਼ਲਟ 네ਗਟਿਵ ਨਹੀਂ ਆ ਰਿਹਾ ਕਿਉਂਕਿ ਮੈਂ ਇਹ ਪਾਲਿਸੀ ਜੂਨ ਤੋਂ ਅਪਣਾਈ ਹੈ ਵੀ ਕਿਹੜੇ ਕੇਸ ਲੈਣੇ ਆ ਕਿਹੜੇ ਬੱਚੇ ਨੂੰ ਕੈਨੇਡਾ ਪਾਉਣਾ ਜਿਹੜਾ ਗੱਲ ਨਹੀਂ ਮੰਨਦਾ ਉਹਨੂੰ ਸਸਰੀਕਾਲ ਕਰ ਦੋ ਜੇ ਮੰਨਦਾ ਹੈ ਤੇ ਉਹਦਾ ਜਿੱਥੇ ਹੋ ਸਕਦਾ ਹੈ ਉੱਥੇ ਕਰੋ ਨਹੀਂ ਤਾਂ ਜਿਹੜਾ ਕੈਨੇਡਾ ਹੋ ਸਕਦਾ ਨਹੀਂ ਹੋ ਸਕਦਾ ਜ ਜਿਹਦੀ ਸਾਨੂੰ ਚਾਨਣ ਨਹੀਂ ਦਿਖ ਰਿਹਾ ਕਿ ਇਹਦਾ ਵੀਜ਼ਾ ਆਉਣਾ ਉਹਦੀ ਫਾਈਲ ਨਹੀਂ ਚੱਕਣੀ ਇਹ ਪਾਲਿਸੀ ਸਾਡੀ ਕੰਪਨੀ ਚ ਜੂਨ ਤੋਂ ਥੈਟ ਇਜ਼ ਅ ਰੀਜ਼ਨ ਕਿ ਅਸੀਂ ਪੋਜ਼ਿਟਿਵ ਰਿਜ਼ਲਟ ਵੀ ਦੇਖ ਰਹੇ ਹਾਂ ਸੋ ਇਹ ਚੀਜ਼ ਤੁਹਾਨੂੰ ਸਿਲੈਕਟ ਕਰਨੀ ਹੈ ਕਿ ਬਈ ਤੁਸੀਂ ਕਿੱਥੇ ਜਾ ਰਹੇ ਹੋ ਕੀ ਕਰ ਰਹੇ ਹੋ ਸਾਰੇ ਬੱਚਿਆਂ ਨੂੰ ਹੁਣ ਇਸ ਆਲਮੋਸਟ ਸਮਝ ਆ ਚੁੱਕੀ ਵੀ ਘੱਟ ਪਰਸ ਬਟ ਕਿਤੇ ਨਾ ਕਿਤੇ ਬੱਚੇ ਦੇ ਜਦੋਂ 6 ਇਚ ਆ ਜਾਂਦੇ ਆ ਉਸ ਤੋਂ ਵੱਧ ਸਕੋਰ ਆ ਜਾਂਦਾ ਉਹਦਾ ਕੌਨਫੀਡੈਂਸ ਬੜਾ ਹਾਈ ਲੈਵਲ ਤੇ ਚਲੇ ਜਾਂਦਾ ਔਰ ਉਹਦੀ ਇੱਕ ਜਿਹੜੀ ਸਾਈਕੋਲੋਜੀ ਬਣ ਗਈ ਹੈ ਕੈਨੇਡਾ ਨੂੰ ਲੈ ਕੇ ਤਾਂ ਹੁਣ ਸਾਈਕੋਲੋਜੀ ਆ ਪੰਜਾਬ ਦੇ ਵਿੱਚ ਕਿ ਬਈ ਮਤਲਬ ਮੈਂ 18 ਸਾਲਾਂ ਦਾ ਹੋ ਗਿਆ ਪਲੱਸ 2 ਕਰ ਲਈ ਤੇ ਆਪਣਾ ਟਾਰਗੇਟ ਸਿਰਫ ਕੈਨੇਡਾ ਹੈ ਨਾ ਆਪਾਂ ਇੰਜੀਨੀਅਰ ਬੰਨਾ ਨਾ ਡਾਕਟਰ ਬੰਨਾ ਨਾ ਕੋਈ ਸੌਫਟਵੇਅਰ ਇੰਜੀਨੀਅਰ ਬੰਨਾ ਆਪਾਂ ਕੁਝ ਨਹੀਂ ਬੰਨਾ ਆਪਾਂ ਸਿਰਫ ਕੈਨੇਡਾ ਜਾਣਾ 댓 ਇਜ਼ ਅ ਬਿਗੇਸਟ ਪ੍ਰੋਬਲਮ ਕਿ ਤੁਹਾਡਾ ਪ੍ਰੋਫਾਈਲ ਕੈਨੇਡਾ ਲਈ ਹੈ ਨਹੀਂ ਔਰ ਬੱਚੇ ਖੁਦ ਜਾਣ ਬੁੱਝ ਕੇ ਕੈਨੇਡਾ ਦੀ ਟਰਾਈ ਕਰ ਰਹੇ ਨੇ ਉਹ ਖੁਰ ਮੰਨ ਕੇ ਚੱਲ ਰਹੇ ਨੇ ਕਿ ਤੇ ਉਹ ਜਿਹੜਾ ਵਿਚਾਰਿਆਂ ਦਾ ਲੱਗਣ ਵਾਲਾ ਹੁੰਦਾ ਉਹ ਵੀ ਉਸੇ ਮਸ਼ੀਨ 'ਚ ਹੀ ਲੱਗ ਜਾਂਦੇ ਆ ਉਹ ਜਿਹੜੇ ਕੰਸਲਟੈਂਟ 4 400 8 800 ਫਾਈਲਾਂ ਲਾ ਰਹੇ ਨੇ ਔਰ ਜਿਹਦੇ ਵਿੱਚੋਂ 50% ਤੋਂ ਜ਼ਿਆਦਾ ਫਾਈਲ ਉਹ ਹੈ ਜਿਹੜੀ ਟਰਾਈ ਵਾਲੀ ਹੈ ਤੇ ਉਹਦੇ 'ਚ ਜਿਹੜੀ ਦੂਜੀ ਵੀ 400 ਲੱਗਦੀ ਹੈ ਉਹਦੇ ਤੇ ਵੀ ਪੈਸੇ ਦਾ ਕਨਸੈਂਟਰੇਸ਼ਨ ਨਹੀਂ ਹੈ ਤੇ ਨਾ ਨਾ ਕਰਦੇ ਫਿਰ ਉਹਦੇ 'ਚੋਂ ਵੀ ਸੱਤਾਂ ਬੈਂਡਾਂ ਤੇ ਅੱਠਾਂ ਬੈਂਡਾਂ ਦੇ ਵਧੀਆ ਪਰਸੈਂਟੇਜ ਦੇ ਬਾਅਦ ਵੀ ਰਿਫਿਊਜ਼ਲ ਦਿਖਦੀ ਹੈ ਸੋ ਚੀਜ਼ਾਂ ਕੰਪਲਿਕਟ ਪਹਿਲਾਂ ਨਾਲੋਂ ਸਿਰਫ 6 ਸੀਚ ਵਾਲਾ ਕ੍ਰਾਈਟੇਰੀਆ ਨਹੀਂ ਰਿਹਾ ਜਿਵੇਂ ਕਿ ਸਟੂਡੈਂਟ ਤੁਸੀਂ ਸੋਚਦੇ ਸੀ ਕਿ 6 ਸੀਚ ਆ ਗਏ ਬਾਕੀ ਹੁਣ ਤੁਹਾਡਾ ਰਸਤਾ ਕਲੀਅਰ ਹੈ ਸੋ ਕਿਉਂਕਿ ਰਸਤਾ ਇੰਨਾ ਕਲੀਅਰ ਨਹੀਂ ਰਿਹਾ ਤੇ ਏਜੰਟ ਵਧੀਆ ਹੋਣਾ ਹੋਰ ਜ਼ਿਆਦਾ ਇੰਪੋਰਟੈਂਟ ਹੋ ਗਿਆ ਜਿਹਨੂੰ ਬਰੀਕੀ ਚ ਸਮਝ ਹੋਵੇ ਕੱਲੇ-ਕੱਲੇ ਪ੍ਰੋਸੈਸ ਦੀ ਪ੍ਰੈਜ਼ੈਂਟ ਸਿਨੈਰੀਓ ਚ ਚੀਜ਼ਾਂ ਕਿਸ ਤਰੀਕੇ ਨਾਲ ਬਦਲੀਆਂ ਨੇ ਸੋ ਲੇਟੈਸਟ ਇਨਫੋਰਮੇਸ਼ਨ ਇਹ ਜੇ ਲੇਟੈਸਟ ਅਪਡੇਟਸ ਜਿਹੜੇ ਪ੍ਰੋਮਿਨੈਂਟ ਏਜੰਟਸ ਨੇ ਉਹਦਾ ਐਕਸਪੀਰੀਅੰਸ ਅਸੀਂ ਤੁਹਾਡੇ ਤੱਕ ਲਗਾਤਾਰ ਲਿਆਉਂਦੇ ਰਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖ ਫਰਦ ਦੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ